ਅਮਰੂਦ ਨੇ ਜੀ 150 ਦੇ 250 ਕਿਲੋ। ਵੈਸੇ ਜਿਹੜੇ ਅੱਛੇ ਅਮਰੂਦ ਨੇ ਜਿਹੜੇ ਆਉਂਦੇ ਨੇ ਸ਼ਰਦਪੁਰ ਤੋਂ, ਲਾਹੌਰ ਤੋਂ, ਬੜੇ ਨਰਮ ਅਤੇ ਵਾਈਟ, ਉਹਨਾਂ ਦਾ ਰੇਟ ਅੱਜ ਕੱਲ੍ਹ 150 150 ਰੁਪਏ ਕਿਲੋ। ਕਰਨਾ ਸੀ ਜੀ, ਵੀਡੀਓ ਬਣ ਰਹੀ ਹੈ। ਇਹ ਸਾਹਮਣੇ ਤੁਸੀਂ ਆ ਕਲੋਨੀ ਟਾਈਪ ਦੇਖ ਰਹੇ ਹੋ ਫਲੈਟ। ਹੁਣ ਜਿਹੜਾ ਪਰਲੇ ਦੇ ਸੜਕ ਖੇਤ ਸਨ, ਉਹਨਾਂ ਨੇ ਕਲੋਨੀਆਂ ਬਣਾ ਲਈਆਂ ਨੇ। ਉਹਨਾਂ ਦੀ ਪ੍ਰੋਪਰਟੀ ਦੀ ਕੀਮਤ ਕਿੰਨੇ ਗੁਣਾ ਵੱਧ ਗਈ। ਅੱਜ ਸਾਡਾ ਰੂਟ ਹੈ ਜੀ ਅਗੋਕੀ ਤੱਕ, ਅਤੇ ਕਿਸੇ ਦਿਨ ਅਗੋਕੀ ਤੋਂ ਸ਼ੁਰੂ ਕਰਕੇ ਅਸੀਂ ਮੁੜਿਆ ਜਾਵਾਂ। ਮੌਸਮ ਬੜਾ ਅੱਛਾ, ਬਹੁਤ ਜ਼ਿਆਦਾ ਇਸ ਵੇਲੇ ਸਰਦੀ ਨੇ, ਕਾਬਲੇ ਬਰਦਾਸ਼ਤ। ਜਿਹੜਾ ਮੈਂ ਕੈਮਰਾ ਲਿਆ ਜੀ ਇਹ ਗੋਪਰੋ, ਜਿਹੜੇ ਮੇਰੇ ਦੋਸਤਾਂ ਨੇ ਪਿਛਲੀਆਂ ਦੋ ਤਿੰਨ ਵੀਡੀਓ ਦੇਖੀਆਂ ਨੇ, ਉਹਨਾਂ ਨੂੰ ਪਤਾ ਇਹ ਬਾਈਕ 'ਤੇ ਅੱਗੇ ਹੈਂਡਲ 'ਤੇ ਵੀ ਸੈੱਟ ਹੋ ਜਾਂਦਾ ਅਤੇ ਹੈਲਮਟ 'ਤੇ ਵੀ। ਲੇਕਿਨ ਮੇਰਾ ਖਿਆਲ ਹੈ ਕਿ ਜਿਹੜਾ ਐਸੀ ਲਗਾਇਆ ਤਾਂ ਸੀਨੇ ਦੇ ਨਾਲ ਇੱਕ ਬੈਲਟ ਬਣਾ ਕੇ ਇਹ ਜ਼ਿਆਦਾ ਬਿਹਤਰ ਹੈਗਾ। ਇਸ ਗੋਪਰੋ ਕੈਮਰੇ ਦਾ ਇੱਕ ਫਾਇਦਾ ਹੈਗਾ ਕਿ ਜੇ ਸਾਨੂੰ ਉਤਰ ਰਹੇ ਝਟਕੇ ਨੇ ਇਹ ਕਾਫੀ ਹੱਦ ਤੱਕ ਸਾਨੂੰ ਸਮੂਥ ਕਰ ਦਿੰਦੇ, ਸਟੇਬਲ ਹੈਗਾ ਜੀ।
ਇੱਥੋਂ ਉਹ ਗੋਭੀ ਸ਼ੁਰੂ ਹੋ ਗਿਆ। ਅਸੀਂ ਫਾਟਕ ਰਸਤੇ ਵਾਪਸ ਆਉਂਦੇ ਹਾਂ, ਚੱਕਰ ਲਾ ਜੀ ਟੱਕੀ ਲਿਖਿਆ ਹੋਇਆ ਜੀ ਮਾਡਲ ਟਾਊਨ, ਮਾਡਲ ਟਾਊਨ ਉੱਗੋਂ ਕਿਸ ਮਾਡਲ ਟਾਊਨ ਇੱਕ ਮਾਡਲ ਟਾਊਨ ਸਿਆਲਕੋਟ ਸ਼ਹਿਰ ਸੀ। ਮਾਡਲ ਟਾਊਨ ਹੈ ਜੀ ਸਾਰਾ ਮਸਜਿਦ ਏਰੀਆ,
ਫਿਰ ਆਉਂਦੇ ਹਾਂ ਮੇਨ ਅੱਗੋਂ ਹੀ ਰੋਡ 'ਤੇ। ਬਾਜ਼ਾਰ ਛੋਟਾ ਜਿਹਾ ਵੇਖ ਕੇ ਉਸ ਪਾਸੇ ਨਿਕਲ ਜਾਂਦੇ ਹਾਂ। ਸੜਕ ਜਾਂਦੀ ਹੈ ਜੀ ਸੰਭੜਿਆਲ, ਸੰਭੜਿਆਲ ਤੋਂ ਵੀਰਾਬਾਦ, ਵੀਰਾਬਾਦ ਤੋਂ ਗੁਜਰਾਤ, ਗੁਜਰਾਤ ਤੋਂ ਫਿਰ ਸਿਟੀ ਰੋਡ 'ਤੇ ਵੀ ਮੋਟਰਵੇ ਸਾਰੀਆਂ ਤੋਂ ਵੀ ਮੋਟਰਵੇ ਨਹੀਂ ਕਰਨਗੇ। ਸਾਡਾ ਅਬਾਊਟ ਟਰਨ ਹੋਏਗਾ ਉੱਥੇ ਹੀ ਫਿਰ ਸਟਾਰਟ ਕਰਕੇ ਅਤੇ ਸਾਹਮਣੇ ਆ ਜਾਵਾਂਗੇ। ਕੋਈ ਪਿੰਡ ਦਾ ਰਸਤਾ ਛੋਟਾ ਜਿਹਾ, ਚਲੋ ਫੇਰ ਸਹੀ।